ਦੱਸੋ ਕੀ ਹਾਲ ਚਾਲ ਆ ਤੇ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਬਹੁਤ ਹੀ ਘੈਂਟ ਅਪਡੇਟ ਲੈ ਕੇ ਆ ਗਏ ਆ ਜੀ ਗਿੱਲ ਕਾਰ ਆਡੀਓ ਵੱਲੋਂ ਤੇ ਗਿੱਲ ਭਰਾ ਜਿੱਦਾਂ ਆਪਣੇ ਲਈ ਪਹਿਲਾਂ ਘੈਂਟ ਘੈਂਟਾ ਟ੍ਰੇਟਰ ਜਿਹੜੇ ਤਿਆਰ ਕਰਦਾ ਰਹਿੰਦਾ ਤਾਂ ਆਪਾਂ ਤੁਹਾਨੂੰ ਦਿਖਾਉਂਦੇ ਰਹਿੰਦੇ ਉਸੇ ਤਰ੍ਹਾਂ ਬਹੁਤ ਸੋਹਣਾ ਮਹਿੰਦਰਾ ਜਿਹੜਾ ਤਿਆਰ ਕੀਤਾ ਹੋਇਆ ਤੇ ਧਰਮਪੁਰੀ ਆ ਤੇ ਰੀਲ ਵਗੈਰਾ ਤੇ ਤੁਸੀਂ ਦੇਖ ਹੀ ਚੁੱਕੇ ਆ ਤੇ ਬਾਕੀ ਆਪਾਂ ਵਿਸਾਖੀ ਦਾ ਵਲੌਗ ਪਾਇਆ ਸੀ ਉਹਦੇ ਵਿੱਚ ਵੀ ਭਰਾ ਦਾ ਟ੍ਰੇਟਰ ਚੈੱਕ ਕਰਵਾਇਆ ਸੀ ਤੁਹਾਨੂੰ ਤੇ ਬਾਕੀ ਵੀਰ ਹੁਣੇ ਆਪਣੇ ਨਾਲ ਆ ਪੂਰੀ ਗੱਲਬਾਤ ਕਰਾਂਗੇ ਪੂਰੀ ਡਿਟੇਲ ਦਿੰਦੇ ਆ ਤੇ ਜੇ ਵੀਡੀਓ ਘੈਂਟ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਜ਼ਰੂਰ ਕਰਿਓ ਤੇ ਚੈਨਲ ਤੇ ਕੋ ਭਰਾ ਨਵਾਂ ਆਇਆ ਹੋਵੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਤੇ ਬਾਕੀ ਭਰਾ ਹੁਣਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਪੂਰੀ ਡਿਟੇਲ ਜਿਹੜੀ ਟ੍ਰੇਟਰ ਦੀ ਸ਼ੇਅਰ ਕਰਦੇ ਤੁਹਾਡੇ ਨਾਲ ਭਰਾ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੇ ਮੇਰੇ ਜਿੰਨੇ ਭਰਾ ਵੀਡੀਓ ਦੇਖਦੇ ਹੋ ਵੱਲੋਂ ਸਾਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਭਰਾ ਇੱਕ ਵਾਰੀ ਆਪਣਾ ਨਾਮ ਦੱਸ ਦਿਓ ਭਾਈ ਲਖਵਿੰਦਰ ਸਿੰਘ ਤੇ ਆਪਣਾ ਵੀਰੇ ਭਵਿੰਦਰਜੀਤ ਸਿੰਘ ਠੀਕ ਹੈ ਤੇ ਏਰੀਆ ਕਿਹੜਾ ਆਪਣਾ ਭਾਈ ਆਈ ਨਵਾਂ ਸ਼ਹਿਰ ਹੀ ਪੈਂਦਾ ਨਵਾਂ ਸ਼ਹਿਰ ਹੀ ਪੈਂਦਾ ਠੀਕ ਹੈ ਤੇ ਵੀਰੇ ਟ੍ਰੇਟਰ ਦਾ ਮਾਡਲ ਕਿੰਨਾ ਇਹਦਾ 99 ਹੈ ਭਾਜੀ ਠੀਕ ਹੈ 1999 ਤੇ ਕਿੰਨਾ ਮਤਲਬ ਮਾਡਲ ਹੈ ਕਿਹੜਾ ਇਹ 275 ਹੈ ਜਾਂ ਕਿੰਨਾ ਹੈ 275 ਹੈ ਹਨਾ ਤੇ ਇਹਦੇ ਜਿੱਦਾਂ ਆਪਾਂ ਇੰਜਨ ਵਗੈਰਾ ਵਿੱਚ ਕੋਈ ਚੇਂਜ ਕੀਤਾ ਵੀਰੇ ਕਿ ਨਾਰਮਲ ਪਹਿਲਾਂ ਹੀ ਹੈ ਨਾਰਮਲ ਹੀ ਚੱਲਦਾ ਪਿਆ ਹਨਾ ਠੀਕ ਹੈ ਤੇ ਬਾਕੀ ਸਿਸਟਮ ਬਹੁਤ ਘੈਂਟ ਲੱਗਾ ਤੇ ਨਾਲ ਦੀ ਨਾਲ ਸਕਰੀਨ ਜਿਹੜੀ ਹੈ ਐਂਡਰੋਇਡ ਪਲੇਅਰ ਉਹ ਵੀ ਆਪਾਂ ਵਿੱਚ ਦਿਖਾਵਾਂਗੇ ਪੂਰੀ ਡਿਟੇਲ ਉਹਦੀ ਵੀ ਸ਼ੇਅਰ ਕਰਾਂਗੇ ਤੇ ਭਰਾ ਸਭ ਤੋਂ ਪਹਿਲਾਂ ਮੈਨੂੰ ਵੰਪਰ ਦੀ ਲੈਂਥ ਤੇ ਵਜ਼ਨ ਦੱਸ ਦੇ ਇੱਕ ਵਾਰੀ ਭਾਜੀ ਲੈਂਥ ਹੈਗੀ 40 ਇੰਚ ਦੀ ਠੀਕ ਹੈ ਤੇ ਵਜ਼ਨ 1 ਕੁਇੰਟਲ 40 ਕਿਲੋ ਹੈ ਠੀਕ ਹੈ ਤੇ ਇਹ ਵੀ ਭਰਾ ਆਲੋ ਹੀ ਲੱਗਾ ਗੱਲੋ ਲਈ ਨਹੀਂ ਇਹ ਭਾਜੀ ਰੋਡ ਮਿਆਰੇ ਤੋਂ ਲਗਵਾਇਆ ਸੀਗਾ ਠੀਕ ਹੈ ਤੇ ਇਹਦਾ ਰੇਟ ਕਿੰਨਾ ਆ ਇਹ ਭਾਜੀ 15000 ਲੱਗਾ 15000 ਰੇਟ ਹੈ ਹਨਾ ਠੀਕ ਹੈ ਵੀਰੇ ਤੇ ਮੈਟ ਦੇ ਵਿੱਚ ਕਲਰ ਹੋਇਆ ਹੋਇਆ ਤੁਸੀਂ ਦੇਖ ਸਕਦੇ ਆ ਤੇ ਮੋਰੇ ਬੈਚਿੰਗ ਕੀਤੀ ਹੋਈ ਇਹ ਕਿੰਨੇ ਕਿ ਦੀ ਬਣੀ ਸੀ ਭਾਈ 1100 ਦੀ ਵਜੀ 1100 ਦੀ ਵਜੀ ਤੇ ਇਹ ਡਬਲ ਕਲਰ ਆ ਜਾਂ ਮਤਲਬ ਵਾਈਟ ਵਾਲੀ ਆ ਨਾ ਵਾਈਟ ਵਾਲੀ ਆ ਹਨਾ ਠੀਕ ਹੈ ਤੇ ਉਦੋਂ ਥੱਲੇ ਜਿਹੜੀ ਬਾਰਲੇਟ ਤੁਸੀਂ ਦੇ ਸਕਦੇ 32 ਇੰਚ ਵਾਲੀ ਹਨਾ ਹਾਂਜੀ ਹਾਂਜੀ ਠੀਕ ਹੈ ਤੇ ਇਹਦਾ ਕੀ ਕਾਸਟ ਇਹਦੀ ਕੀ ਇਹ ਭਾਜੀ 2100 ਦੀ ਮਿਲੀ ਸੀ 2100 ਦੀ ਸੀ ਠੀਕ ਹੈ ਵੀਰੇ ਤੇ ਉਸ ਤੋਂ ਥੱਲੇ ਰੂਟਸ ਦੇ ਹੋਰ ਲੱਗੇ ਦੇ ਸਕਦੇ 17 1800 ਦੀ ਜੋੜੀ ਮਤਲਬ ਇੰਨੇ ਕਿ ਦੀ ਹੈ ਇੰਨੇ ਕਿ ਦੀ ਹੈ ਜੋੜੀ ਮਿਲ ਜਾਂਦੀ ਆ ਤੇ ਬਾਕੀ ਜਿਹੜੇ ਹਾਕੀ ਗੁੱਡੀ ਟਾਇਰ ਆ ਭਰਾ ਇਹਦੇ ਬਾਰੇ ਥੋੜਾ ਦੱਸ ਦਿਓ ਸਾਨੂੰ ਇਹ ਭਾਜੀ ਆਪਣੇ 3-4 ਸਾਲ ਹੋ ਗਏ ਇਹਨਾਂ ਨੂੰ ਪਾਇਆ ਨੂੰ ਠੀਕ ਹੈ ਤੇ ਉਦੋਂ ਭਾਜੀ ਇਹ 31000 ਦੇ ਪਏ ਸੀਗੇ ਤੇ ਕਿਹੜਾ ਬ੍ਰਾਂਡ ਜਿਹਦਾ ਭਾਜੀ ਯੂਜ਼ ਕੀਤਾ ਸਪੀਡਵੇਜ਼ ਹੈ ਭਾਜੀ ਸਪੀਡਵੇਜ਼ ਦੇ ਹਾਂਜੀ ਹਾਂਜੀ ਠੀਕ ਹੈ ਤੇ 32 ਦੇ ਪਏ ਸੀ ਨਾ ਇਹ ਸਪੇਸਰ ਨਾਲ ਫਿਟਿੰਗ ਆ ਜਾਂ ਨਾ ਸਪੇਸਰ ਨਾਲ ਫਿਟਿੰਗ ਆ ਹਨਾ ਠੀਕ ਹੈ ਵੀਰੇ ਤੇ ਬਾਕੀ ਇਦਾਂ ਇਹ ਪਾਵਰ ਜਿਦਾਂ ਹੈਗਾ ਕਿ ਨਹੀਂ 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 ਨਾਰਮਲ ਹੀ ਹਾਂ 2 ਫੁੱਟਾ ਚਲਾਉਣਾ ਵੀ ਬਹੁਤ ਔਖਾ ਹੋ ਜਾਣਾ ਜੇ ਪਾਇਆ ਹਨਾ ਆ ਸਹੀ ਆ ਮਤਲਬ ਨਾਰਮਲ ਹੈ ਇਹ ਹੋ ਜਾਂਦੀ ਭਾਜੀ ਹਾਂ ਇਹ ਸਹੀ ਆ ਪੂਰਾ ਤੇ ਮਤਲਬ ਜੇ 2 ਫੁੱਟਾ ਪਾਉਣਾ ਜਿਹੜਾ ਪਾਵਰ ਟ੍ਰੇਟਰ ਨਹੀਂ ਉਹ ਬਾਲੀ ਤੰਗੀ ਦਿੰਦਾ ਹਨਾ ਠੀਕ ਹੈ ਵੀਰੇ ਤੇ ਬਾਕੀ ਆਪਾਂ ਜਿਹੜਾ ਇੰਜਨ ਦੇ ਬਾਰੇ ਤੁਹਾਨੂੰ ਡਿਟੇਲ ਦੇ ਚੁੱਕੇ ਹਾਂ ਤੇ ਹੈੱਡ ਲਾਈਟਾਂ ਜਿਹੜੀਆਂ ਉਹਨਾਂ ਦੇ ਵਿੱਚ ਪ੍ਰੋਜੈਕਟਰ ਐਡ ਕੀਤਾ ਹੋਇਆ ਇਹਨਾਂ ਦੀ ਲਾਈਟ ਨਹੀਂ ਹੁੰਦੀ ਨਾਰਮਲ ਹੀ ਹੁੰਦੀ ਹੈ ਲਾਈਟ ਇਹਨਾਂ ਦੀ ਹਨਾ ਇਸੇ ਕਰਕੇ ਜਿਹੜੀ ਫਰੰਟ ਸਾਈਡ ਤੇ ਬਾਰ ਲੱਗੀ ਹੋਈ ਆ ਤੇ ਬਾਕੀ ਐਗਜ਼ੌਸਟ ਹੈ ਜਿਹੜਾ ਉਹ ਨਿਊ ਹਾਲੈਂਡ ਦਾ ਯੂਜ਼ ਕੀਤਾ ਹੋਇਆ ਤੇ ਪੁਲਿਸ ਲਾਈਟ ਤੁਸੀਂ ਦੇਖ ਸਕਦੇ ਆ ਤੇ ਮਤਲਬ ਬਹੁਤ ਸੋਹਣਾ ਭਰਾ ਨੇ ਟ੍ਰੇਟਰ ਬਣਾਇਆ ਹੋਇਆ ਮਤਲਬ ਸਿਸਟਮ ਵੱਲੋਂ ਤਾਂ ਸਿਰਾਈ ਕੀਤੀ ਹੋਈ ਆ ਤੇ ਬਾਕੀ ਵੈਸੇ ਵੀ ਗੱਲ ਭਰਾ ਜਿੱਦਾਂ ਵੀ ਜਿਹੜੀ ਵੀ ਚੀਜ਼ ਤਿਆਰ ਕਰਦਾ ਘੈਂਟ ਹੀ ਤਿਆਰ ਕਰ ਦਿੰਦਾ ਪੂਰੀ ਤੇ ਸਿਸਟਮ ਦੇ ਬਾਰੇ ਆਪਾਂ ਹੁਣ ਗੱਲਬਾਤ ਕਰਦੇ ਆ ਵੀਰੇ ਤੇ ਇਹਦੇ ਵਿੱਚ ਆਪਾਂ ਕਿੰਨੇ ਸਬਵੂਫਰ ਯੂਜ਼ ਕੀਤੇ ਆ 8 ਹੈ ਭਾਜੀ ਪਾਇਨਰ ਦੇ ਠੀਕ ਹੈ ਤੇ ਜਿਹੜੇ 8 ਦੇ 8 ਆ 12 11 D4 ਯੂਜ਼ ਕੀਤੇ ਹਾਂਜੀ ਹਾਂਜੀ ਠੀਕ ਹੈ ਤੇ ਇਹ ਜਦ ਆਪਾਂ ਹੁਣ ਹੀ ਲਿਆ ਜਾਂ ਪਹਿਲਾਂ ਸੀਗੇ ਜਦਾਂ ਇਹ ਭਾਜੀ ਅੱਧਾ ਪਹਿਲਾਂ ਲੱਗਿਆ ਸੀਗਾ ਤੇ ਅੱਧਾ ਹੁਣ ਹੈ ਅੱਧਾ ਹੁਣ ਕੀਤਾ ਹੈ ਹੁਣ ਤਾਂ ਮਤਲਬ ਮਿਲਦਾ ਵੀ ਬਹੁਤ ਔਖਾ ਹੈ ਇਹ ਸਬਵੂਫਰ ਤੇ ਜਿਹੜੇ ਮਤਲਬ 12 12 ਉਹ ਥੋੜਾ ਸਸਤਾ ਮਿਲ ਜਾਂਦਾ ਇਹ ਤਾਂ ਕਾਫੀ ਕੋਸਟਲੀ 55-57 ਦੇ ਏੜਗੇੜੀ ਮਤਲਬ ਇਹ ਕਈ ਵਾਰੀ ਵੇਚ ਚੁੱਕਿਆ ਇਹ ਹਾਂਜੀ ਤੇ ਠੀਕ ਹੈ ਵੀਰੇ ਤੇ ਕਿੰਨੀਆਂ ਮੋਨੋ ਜਦਾਂ ਇਹਨਾਂ ਲਈ ਆਪਾਂ ਯੂਜ਼ ਕੀਤੀਆਂ ਇਹਨਾਂ ਨੂੰ ਇਹਦੇ 4 ਹੈ ਭਾਜੀ ਮੋਨੋ ਸ਼ਿਕਾਗੋ ਦੀਆਂ ਹਾਂਜੀ ਤੇ 2 ਐਮਪ ਹੈ ਭਾਜੀ 4 ਚੈਨਲ ਲਈ 4 ਚੈਨਲ ਸਪੀਕਰ ਕਿੰਨੇ ਲੱਗੇ ਹੋਏ ਇਹਨਾਂ ਵਿੱਚ 8 ਹੈ ਭਾਜੀ 8 ਸਪੀਕਰ ਲੱਗੇ ਹੋਏ 8 ਹੈਗੇ ਭਾਜੀ ਓਵਰ ਲੱਗੇ ਤੇ 2 ਛਤਰੀ ਵਿੱਚ ਹੈ ਠੀਕ ਹੈ ਤੇ ਬਾਕੀ ਮਗਰਲੀ ਸਾਈਡ ਤੇ ਲੱਗੇ ਹੋਏ 4 ਹਨਾ ਠੀਕ ਹੈ ਵੀਰੇ ਤੇ ਬਹੁਤ ਸੋਹਣੀ ਮਤਲਬ ਫਿਟਿੰਗ ਚੈੱਕ ਕਰਾਉਣੇ ਪਹਿਲਾਂ ਤਾਂ ਆਪਾਂ ਤੁਹਾਨੂੰ ਫਰੰਟ ਸਾਈਡ ਨੂੰ 4 ਸਬਵੂਫਰ ਆ ਉੱਪਰ ਸੋਨੀ ਦੇ ਓਵਰ ਲੱਗੇ ਹੋਏ ਇਧਰਲੀ ਸਾਈਡ ਤੇ 6 ਇੰਚੀ ਜਿਹੜੇ ਜੀਵੀਸੀ ਤੇ ਉੱਪਰਲੀ ਸਾਈਡ ਤੇ 2 ਜਿਹੜੀਆਂ ਮੋਨੋ ਦੀ ਪਲੇਸਮੈਂਟ ਕੀਤੀ ਹੋਈ ਤੇ ਦੇ ਸਕਦੇ ਤੇ ਪਲੇਅਰ ਜਿਹੜਾ ਉਹ ਵੀ ਆਪਾਂ ਐਂਡਰੋਇਡ ਯੂਜ਼ ਕੀਤਾ ਹਾਂਜੀ ਜੀਵੀਸੀ ਦਾ ਜੀਵੀਸੀ ਦਾ ਪਲੇਅਰ ਯੂਜ਼ ਕੀਤਾ ਹਨਾ ਇਹਦੇ ਵਿੱਚ ਜਿੱਦਾਂ ਕੁਆਲਿਟੀ ਵਧੀਆ ਮਿਲੀ ਤੁਹਾਨੂੰ ਬਹੁਤ ਬਹੁਤ ਵਧੀਆ ਠੀਕ ਹੈ ਤੇ ਜਿੱਦਾਂ ਮਤਲਬ ਮਗਰ ਆਪਾਂ ਜਿਹੜੀ ਡਿਸਪਲੇ ਐਡ ਕੀਤੀ ਆ ਉਹਦੇ ਨੂੰ ਵੀ ਇਹ ਲਿੰਕ ਹੁੰਦਾ ਹਨਾ ਮਤਲਬ ਵੀ ਜੋ ਇਹਦੇ ਤੇ ਚੱਲਣਾ ਉਹੀ ਉਹਦੇ ਤੇ ਚੱਲਣਾ ਹਨਾ ਠੀਕ ਹੈ ਵੀਰੇ ਹੈਗੀ ਉਹ ਐਂਡਰੋਇਡ ਵਾਲੀ ਆ ਹਨਾ ਠੀਕ ਹੈ ਵੀਰੇ ਠੀਕ ਹੈ ਤੇ ਇਹ ਜਿੱਦਾਂ ਪਲੇਅਰ ਦਾ ਕੁਝ ਪਤਾ ਵੀ ਮਤਲਬ ਕਿੰਨੇ ਕਿਦਾ ਹੋਏਗਾ ਕਿ ਸਾਰਾ ਵਿੱਚ ਹੀ ਕੀਤਾ ਹੈ ਸਾਰਾ ਵਿੱਚ ਹੀ ਭਾਜੀ ਇਕੱਠਾ ਹੀ ਲੱਗਾ ਸੀਗਾ ਠੀਕ ਹੈ ਵੀਰੇ ਠੀਕ ਹੈ ਤੇ ਰੂਫ ਚੈੱਕ ਕਰ ਸਕਦੇ ਤੁਸੀਂ ਪਹਿਲਾਂ ਤੇ ਫਿਟਿੰਗ ਭਰਾ ਦੀਆਂ ਨੇ ਮਤਲਬ ਘੈਂਟ ਹੁੰਦੀ ਪ੍ਰੋਪਰ ਤੇ ਕੰਮ ਕਿਹੋ ਜਿਹਾ ਲੱਗਾ ਵੀਰੇ ਤੁਹਾਨੂੰ ਕੰਮ ਬਹੁਤ ਵਧੀਆ ਭਾਜੀ ਘੈਂਟ ਲੱਗਾ ਪੂਰਾ ਤੇ ਰੇਟ ਵੀ ਪੂਰਾ ਜਾਇਜ਼ ਹੁੰਦਾ ਮਤਲਬ ਹਨਾ ਜਿੱਦਾਂ ਦਾ ਮਤਲਬ ਕੰਮ ਹੁੰਦਾ ਨਾ ਰੇਟ ਉਸਾ ਨਾ ਪੂਰਾ ਜਾਇਜ਼ ਰੇਟ ਹੁੰਦਾ ਆ ਤੇ ਉੱਪਰ ਜਿਹੜੀ ਇੱਕ ਬਾਰ ਲੱਗੀ ਹੋਈ ਉਹ ਵੀ ਤੁਸੀਂ ਦੇ ਸਕਦੇ 32 ਇੰਚ ਵਾਲੀ ਤੇ ਬਾਕੀ ਹੁਣ ਮਗਰਲੀ ਸਾਈਡ ਤੇ ਗੱਲਬਾਤ ਕਰਦੇ ਸਾਈਡ ਤੋਂ ਪਹਿਲਾਂ ਦੀ ਪੇਟੀ ਚੈੱਕ ਕਰੋ ਬਹੁਤ ਹੀ ਮਤਲਬ ਸੋਹਣੀ ਪੇਟੀ ਤਿਆਰ
ਤੇ ਮਗਲੀ ਸਾਈਡ ਤੇ ਜਿਹੜੀ ਭਰਾ ਆਪਾਂ ਜਿੱਦਾਂ ਪਲੇ ਆਪਾਂ ਐਲਈਡੀ ਡਿਸਪਲੇ ਯੂਜ਼ ਕੀਤੀ ਆ ਹਨਾ ਇਹ ਜਿੱਦਾਂ ਹੈਗੀ ਐਂਡਰੋਇਡ ਵਾਲੀ ਆ ਤੇ ਆਪਾਂ ਬ੍ਰਾਂਡ ਕਿਹੜਾ ਚ ਯੂਜ਼ ਕੀਤਾ ਮਾਈਕਰੋਮੈਕਸ ਹੈ ਭਾਜੀ ਠੀਕ ਹੈ ਤੇ ਕੁਆਲਿਟੀ ਵਧੀਆ ਜਦਾ ਵਧੀਆ ਕੁਆਲਿਟੀ ਆ ਹਾਂਜੀ ਠੀਕ ਹੈ ਤੇ ਉਹ ਵੀ ਭਰਾ ਨੇ ਲਾ ਕੇ ਦਿੱਤੀ ਜਾਂ ਮਤਲਬ ਤੁਸੀਂ ਆਪ ਲੈ ਕੇ ਭਰਾ ਨੇ ਲਾਇਆ ਸੀਗਾ ਸਾਰਾ ਕੁਝ ਠੀਕ ਹੈ ਉਹ ਵੀ ਇੱਥੋਂ ਹੀ ਲੱਗੀ ਹੋਈ ਸੀ ਨਾ ਠੀਕ ਹੈ ਵੀਰੇ ਤੇ ਉੱਪਰਲੀ ਸਾਈਡ ਤੇ ਤੁਸੀਂ ਦੇਖ ਸਕਦੇ ਇਹਦੇ ਅੰਦਰ ਲਾਈਟਿੰਗ ਵਗੈਰਾ ਹਾਂਜੀ ਹਾਂਜੀ ਲਾਈਟਿੰਗ ਤੇ ਬਾਕੀ ਐਂਪ ਇਹਦੇ ਵਿੱਚ ਠੀਕ ਹੈ ਤੇ ਬਾਕੀ ਆਪਾਂ ਸ਼ੋਟ ਤੁਹਾਨੂੰ ਰੱਦ ਐਡ ਕਰ ਦਿੰਨੇ ਆ ਉਹ ਤੁਸੀਂ ਦੇਖੋ ਤੇ ਇੰਜੋਏ ਕਰੋ ਬਹੁਤ ਘੈਂਟ ਲੱਗਦਾ ਟ੍ਰੇਟਰ ਤੇ ਬੈਕ ਸਾਈਡ ਦੀ ਬੈਚਿੰਗ ਮਤਲਬ ਸਿਰੇ ਤੋਂ ਸਿਰੇ ਹੀ ਹੁੰਦੀ ਹਰੇਕ ਜਗ੍ਹਾ ਤੇ ਘੈਂਟ ਹੀ ਬੈਚਿੰਗ ਹੁੰਦੀ ਆ ਤੇ ਗਿੱਲ ਭਰਾ ਦੀ ਬੈਚਿੰਗ ਤੁਸੀਂ ਦੇਖ ਸਕਦੇ ਆ ਕੋਈ ਵੀ ਡਿਟੇਲ ਲੈਣੀ ਹੋਵੇ ਤਾਂ ਆਪਾਂ ਆਈਡੀ ਤੇ ਨੰਬਰ ਜਿਹੜਾ ਸਕਰੀਨ ਤੇ ਐਡ ਕਰ ਦਾਂਗੇ ਤੁਸੀਂ ਡਿਟੇਲ ਭਰਾ ਕੋਲੋਂ ਲੈ ਸਕਦੇ ਆ ਤੇ ਜਿਹੜੇ ਚਾਰ ਸਬਵੂਫਰ ਆ ਉਹ ਬੈਕ ਸਾਈਡ ਤੇ ਥੱਲੇ ਨੂੰ ਲੱਗੇ ਹੋਏ ਤੇ ਥੱਲੇ ਨੂੰ ਜਿਹੜੇ ਸਬਵੂਫਰ ਉਹਨਾਂ ਦੀ ਬੇਸ ਅਲੱਗ ਹੀ ਹੁੰਦੀ ਹੈ ਹਾਂਜੀ ਹਾਂਜੀ ਉਹ ਜਿਹੜੇ ਫਰੰਟ ਵਾਲਿਆਂ ਨਾਲੋਂ ਤੇ ਜ਼ਿਆਦਾ ਬੇਸ ਥੱਲੇ ਵਾਲੀ ਜ਼ਿਆਦਾ ਬੇਸ ਹੁੰਦੀ ਆ ਕਿਉਂਕਿ ਜਿਹੜੇ ਮੋਰ ਨੂੰ ਬੂਫਰ ਚੱਲਦੇ ਉਹਨਾਂ ਦਾ ਪਤਾ ਨਹੀਂ ਕੀ ਹਿਸਾਬ ਕਿਤਾਬ ਪਰ ਜਿਹੜੇ ਥੱਲੇ ਨੂੰ ਲੱਗੇ ਹੁੰਦੇ ਉਹ ਅਲੱਗ ਹੀ ਮਤਲਬ ਸਵਾਦ ਉਹਨਾਂ ਦਾ ਅਲੱਗ ਹੀ ਹੁੰਦਾ ਸੁਣਨ ਦਾ ਹਨਾ ਤੇ ਬਹੁਤ ਘੈਂਟ ਵੱਜਦਾ ਸਿਸਟਮ ਵੀ ਤੇ ਆਪਾਂ ਐਨਸੀਐਸ ਦਾ ਮਿਊਜ਼ਿਕ ਜਿਹੜਾ ਤੁਹਾਨੂੰ ਉਹ ਵੀ ਸੁਣਾਵਾਂਗੇ ਤੇ ਪੰਜਾਬੀ ਵਰਜ਼ਨ ਲਈ ਮੇਰੇ ਇੰਸਟਾਗ੍ਰam ਅਕਾਊਂਟ ਤੇ ਜਾ ਕੇ ਤੇ ਵੀਡੀਓ ਦੇਖ ਸਕਦੇ ਆ ਤੇ ਬਹੁਤ ਮਤਲਬ ਮੈਨੂੰ ਤਾਂ ਬਹੁਤ ਘੈਂਟ ਲੱਗਾ ਤੁਸੀਂ ਵੀ ਜ਼ਰੂਰ ਦੱਸਿਓ ਤੇ ਇੱਧਰ ਸੋਚਾਂ ਦੀ ਪਲੇਸਮੈਂਟ ਮਤਲਬ ਸਿੰਗਲ ਸਿੰਗਲ ਵੀਜ਼ੇ ਚਲਾਉਣਾ ਹਾਂਜੀ ਹਾਂਜੀ ਵੀ ਹਰੇਕ ਟਾਈਮ ਮਤਲਬ ਬੰਦੇ ਨਹੀਂ ਵੀ 8 ਸੁਣਨਾ ਚਾਹੁੰਦੇ ਹਨ ਦੋ ਚਲਾਣੇ ਤਾਂ ਦੋ ਚੱਲ ਵੀ 4 ਚਲਾਣੇ ਕਿਉਂਕਿ ਇਦਾਂ ਹੋ ਜਾਂਦਾ ਭਾਜੀ ਵੀ ਮਤਲਬ ਲਾਉਣਾ ਉਹ ਆਪਣਾ ਆਪਣਾ ਮਜ਼ਾ ਆ ਪਰ ਇੰਨਾ ਟਾਈਮ ਸੁਣ ਨਹੀਂ ਹੁੰਦਾ ਲੌਂਗ ਟਾਈਮ ਜ਼ਿਆਦਾ ਸਾਲ ਮਤਲਬ ਸਿਸਟਮ ਹੈਵੀ ਵਾਲਾ ਹਨਾ ਤੇ ਇਸ ਕਰਕੇ ਤੁਸੀਂ ਆਪਣੀ ਮਰਜ਼ੀ ਨਾਲ ਜਿੱਦਾਂ ਵੀ ਸੁਣ ਸਕਦੇ ਆ ਜਿੱਦਾਂ ਮਤਲਬ ਇਹਦੇ ਲਈ ਆਪਾਂ ਜਿੱਦਾਂ ਹੁਣ ਸਿਸਟਮ ਵੀ ਹੈਵੀ ਲੱਗਾ ਨਾਲ ਦੀ ਨਾਲ ਡਿਸਪਲੇ ਲੱਗੀ ਹੈ ਨਾ ਕਿਉਂਕਿ ਉਹਨੂੰ ਕਰੰਟ ਬਹੁਤ ਜ਼ਿਆਦਾ ਚਾਹੀਦਾ ਜੇ ਦੇਖਿਆ ਜਾਵੇ ਨਹੀਂ ਤਾਂ ਬਲਿੰਕ ਕਰ ਲਾ ਪਈ ਹੈ ਹਨਾ ਉਹਦਾ ਕਰਕੇ ਜਿੱਦਾਂ ਬੈਟਰੀ ਜਾਂ ਅਲਟਰਨੇਟਰ ਪਾ ਕੀ ਇਹ ਚ ਚੇਂਜ ਕੀਤਾ ਭਾਜੀ ਭਾਜੀ ਇਹਦੀ ਬੈਟਰੀ ਵੀ 120 ਐਂਪੀਅਰ ਦੀ ਹੈ ਠੀਕ ਹੈ ਕਿਉਂਕਿ ਅਲਟਰਨੇਟਰ ਵੀ ਚੇਂਜ ਕੀਤਾ ਆ ਉਹ ਵੀ 120 ਐਂਪੀਅਰ ਦਾ ਹੀ ਹੈ ਹਾਂ 120 ਦਾ ਹੀ ਹੈ ਹਨਾ ਠੀਕ ਹੈ ਹੁਣ ਮਤਲਬ ਪੂਰਾ ਆ ਕਰੰਟ ਐਨ ਪੂਰਾ ਭਾਜੀ ਪੂਰਾ ਕੋਈ ਚੱਕਰ ਨਹੀਂ ਚੱਲਦੇ ਨੂੰ ਹਨਾ ਬਾਕੀ ਇਦਾਂ ਮੇਰਾ ਭਰਾ ਜਿਹੜਾ ਮਤਲਬ ਹੈਵੀ ਸਿਸਟਮ ਲਵਾਉਂਦੇ ਉਹ ਖੜਾ ਟ੍ਰੇਟਰ ਜਦੋਂ ਉਦੋਂ ਨਾ ਚਲਾਓ ਹਨਾ ਉਦੋਂ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਉਦੋਂ ਜਾਂ ਘੱਟ ਬਾਜ ਤੇ ਚਲਾ ਲਓ ਜਾਂ ਮਤਲਬ ਜਦੋਂ ਫੇਰ ਰੇਸ ਤੇ ਹੁੰਦਾ ਫੇਰ ਤਾਂ ਹਾਂ ਉਦੋਂ ਤੇ ਜੋ ਗੇੜੇ ਪੂਰੇ ਹੁੰਦੇ ਟ੍ਰੇਟਰ ਦੇ ਉਦੋਂ ਉਹਨੂੰ ਫਰਕ ਨਹੀਂ ਪੈਂਦਾ ਕੋਈ ਹਨਾ ਅਲਟਰਨੇਟਰ ਪੂਰਾ ਉਹਦਾ ਕੰਮ ਕਰੀ ਜਾਂਦਾ ਉਸ ਟਾਈਮ ਤੇ ਬਾਕੀ ਜਿਹੜੇ ਮਗਰਲੇ ਲੋਏ ਉਹ ਪਤਾ ਦਿਖਾ ਦਿੰਨੇ ਆ ਰਿਮ ਜਿਹੜੇ ਕੱਟ ਕਰਵਾਏ ਹੋਏ ਆ ਤੇ ਇਹ ਜਿੱਦਾਂ ਮੇਰਾ ਭਰਾ ਕੰਮ ਕੁਮ ਕਰਦਾ ਜੇ ਕੋਈ ਪ੍ਰੋਬਲਮ ਤਾਂ ਨਹੀਂ ਆਈ ਉਦਾਂ ਮੈਨੂੰ ਲੱਗਦਾ ਵੀ ਸਾਨੂੰ ਨਹੀਂ ਬਾਕੀ ਆਪਣੀ ਕਟਿੰਗ ਤੇ ਡਿਪੈਂਡ ਹੈ ਕਈਆਂ ਨੇ ਕਟਿੰਗ ਹੋਰ ਹਿਸਾਬ ਦੀ ਕਰਵਾ ਲੈਂਦੇ ਆ ਸਹੀ ਗੱਲ ਤੇ ਅਸੀਂ ਤਾਂ ਦੇ ਲੋ ਕਣਕ ਵੀ ਝੋਨਾ ਸਾਰਾ ਕੁਝ ਮਤਲਬ ਵਧੀਆ ਚੱਲਦਾ ਪਿਆ ਨਾ ਵਧੀਆ ਚੱਲਦੇ ਆ ਠੀਕ ਹੈ ਵੀਰੇ ਠੀਕ ਹੈ ਬਾਕੀ ਇਦਾਂ ਨਾ ਕਈ ਭਰਾ ਮੇਰੇ ਜ਼ਿਆਦਾ ਮਤਲਬ ਕੱਟ ਕਰਵਾ ਦਿੰਦੇ ਆ ਇਹਦਾ ਵਿੱਚ ਵੀ ਡਿਜ਼ਾਈਨ ਪਵਾ ਲੈਂਦੇ ਸੋ ਉਹਦਾ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਇਹਦਾ ਕੀ ਖਰਚਾ ਖੁਰਚਾ ਭਾਜੀ ਨੇ ਭਾਜੀ ਆਪ ਤਿਆਰ ਕਰਾਇਆ ਸੀ 15000 ਖਰਚ ਆਇਆ ਸੀਗਾ 15000 ਦਾ ਠੀਕ ਹੈ ਵੀਰੇ ਤੇ ਮਤਲਬ ਹੈ ਓਰੀਜਨਲ ਵਾਲੇ ਜਿਹੜੇ ਆਪਦੇ ਵਾਲੇ ਕਟਵਾਏ ਹਨਾ ਉਹ ਠੀਕ ਹੈ ਵੀਰੇ ਠੀਕ ਹੈ ਤੇ ਬਹੁਤ ਹੀ ਸੋਹਣਾ ਟ੍ਰੇਟਰ ਲੱਗਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਭਰਾ ਦਾ ਟ੍ਰੇਟਰ ਤੁਹਾਨੂੰ ਕਿਹੋ ਜਿਹਾ ਲੱਗਾ ਤੇ ਲੱਖੇ ਭਰਾ ਜਿੱਦਾਂ ਆਪਣਾ ਇਹਦਾ ਰੇਟ ਕਿੰਨਾ ਕੁ ਪਿਆ ਜਿੱਦਾਂ ਪੂਰਾ ਮਤਲਬ ਸਿਸਟਮ ਦਾ ਪਾ ਬੂਗੇ ਸਾਰਾ ਭਾਜੀ 210 ਪਿਆ ਸੀਗਾ ਭਾਜੀ 210 ਹਾਂਜੀ ਠੀਕ ਹੈ ਹੋਡੇ ਵਿੱਚ ਹੀ ਪਾਈਪ ਦਾ ਵੀ ਠੀਕ ਹੈ ਐਂਗਲ ਵਗੈਰਾ ਮਤਲਬ ਸਾਰਾ ਕੁਝ ਕਰਕੇ ਇੰਨੇ ਚ ਪਿਆ ਹਨਾ ਠੀਕ ਹੈ ਤੇ ਬਾਕੀ ਜਿਹੜੀ ਡਿਸਪਲੇ ਵਗੈਰਾ ਉਹ ਸਾਰਾ ਕੁਝ ਵਿੱਚ ਹੀ ਐਡ ਕਰਕੇ ਫਿਰ ਇੰਨਾ ਰੇਟ ਮਤਲਬ ਪਿਆ ਆ ਤੇ ਬਾਕੀ ਜੋ ਤੁਸੀਂ ਇੱਥੇ ਆਓਗੇ ਤੁਹਾਨੂੰ ਥੋੜਾ ਬਹੁਤਾ ਨੈਗੋਸ਼ੀਏਬਲ ਵੀ ਹੋ ਜਾਊਗਾ ਤੇ ਭਰਾ ਕੋਲ ਕੋਈ ਵੀ ਡਿਟੇਲ ਲੈਣੀ ਹੋਵੇ ਭਰਾ ਨੂੰ ਤੁਸੀਂ ਡੀਐਮ ਕਰ ਸਕਦੇ ਆ ਐਨੀ ਟਾਈਮ ਮਤਲਬ ਤੇ ਜਾਂ ਫੋਨ ਕਰ ਸਕਦੇ ਆ ਗਿੱਲ ਭਰਾ ਦਾ ਆਪਾਂ ਨੰਬਰ ਤੇ ਜਿਹੜੀ ਇੰਸਟਾਗ੍ਰam ਦੀ ਆਈਡੀ ਉਹ ਸਕਰੀਨ ਤੇ ਐਡ ਕਰ ਦਾਂਗੇ ਤੇ ਰੇਸ ਉੱਪਰ ਕੀਤੀ ਹੋਈ ਆ ਇਹਦਾ 1500 ਦੇ ਏਡਗੇਟ ਖਰਚਾ ਹੁੰਦਾ ਇਹਦਾ ਤੇ ਬਾਕੀ ਜੇ ਕਰੋਮ ਵਗੈਰਾ ਕਰਵਾਉਣੀ ਹੋਵੇ ਉਹਦੇ ਅਲੱਗ ਜਿੰਨੇ ਵੀ ਮਤਲਬ ਕਰੋਮ ਦੇ ਲੱਗਦੇ ਹੋਣਗੇ ਬੈਟਰੀ ਦੀ ਪਲੇਸਮੈਂਟ ਤੇ 120 ਐਂਪੀਅਰ ਦੀ ਬੈਟਰੀ ਆਪਾਂ ਫਿਰ ਤੋਂ ਤੁਹਾਨੂੰ ਦੱਸ ਦਿੰਨੇ ਆ ਭਰਾ ਦੀ ਆਈਡੀ ਆਪਾਂ ਸਕਰੀਨ ਤੇ ਐਡ ਕਰ ਦਾਂਗੇ ਕੋਈ ਵੀ ਡਿਟੇਲ ਲੈਣੀ ਹੋਵੇ ਭਰਾ ਕੋਲੋਂ ਤੁਸੀਂ ਡੀਐਮ ਕਰ ਸਕਦੇ ਆ ਐਨੀ ਟਾਈਮ ਤੇ ਗਿੱਲ ਭਰਾ ਦਾ ਕੋਈ ਡਿਟੇਲ ਲੈਣੀ ਹੋਵੇ ਉਹਨੂੰ ਵੀ ਤੁਸੀਂ ਡੀਐਮ ਕਰ ਸਕਦੇ ਨੰਬਰ ਆਪਾਂ ਸਕਰੀਨ ਤੇ ਵੀ ਐਡ ਕਰ ਦਾਂਗੇ ਤੇ ਉਮੀਦ ਕਰਦੇ ਕਿ ਤੁਹਾਨੂੰ ਵੀਡੀਓ ਘੈਂਟ ਲੱਗੀ ਹੋਊਗੀ ਵੀਡੀਓ ਘੈਂਟ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਐਨਸੀਐਸ ਦਾ ਮਿਊਜ਼ਿਕ ਇੰਜੋਏ ਕਰੋ ਪੰਜਾਬੀ ਵਰਜ਼ਨ ਲਈ ਮੇਰੇ ਇੰਸਟਾਗ੍ਰam ਅਕਾਊਂਟ ਤੇ ਜਾ ਕੇ ਵੀਡੀਓ ਦੇਖ ਸਕਦੇ ਆ ਥੈਂਕ ਯੂ